ਯੁਵਕ ਸੇਵਾਵਾਂ ਕਲੱਬ ਗੋਂਦਪੁਰ ਵੱਲੋਂ 30ਵਾਂ ਪੇਂਡੂ ਫੁੱਟਬਾਲ ਟੂਰਨਾਮੈਂਟ ਸਵਰਗਵਾਸੀ ਸੋਢੀ ਸਿੰਘ ਨੰਬਰਦਾਰ ਸਟੇਡੀਅਮ ਵਿਖੇ ਕਰਵਾਇਆ ਗਿਆ। ਖੇਡੇ ਗਏ ਫਾਈਨਲ ਮੈਚਾਂ 'ਚ ਲਵ ਕੁਮਾਰ ਗੋਲਡੀ, ਸਾਬਕਾ ਵਿਧਾਇਕ ਗੜਸ਼ੰਕਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨਾਲ ਹਰਵਿੰਦਰ ਸਿੰਘ ਸੰਘਾ, ਸੰਮਤੀ ਮੈਂਬਰ ਜੈਲਦਾਰ ਦਵਿੰਦਰ ਸਿੰਘ ਖਹਿਰੜ ਵੀ ਹਾਜ਼ਰ ਸਨ। ਖੇਡੇ ਗਏ ਓਪਨ ਵਰਗ ਦੇ ਫਾਈਨਲ ਮੈਚ 'ਚ ਜਾਂਗੜੀਆਂ ਨੇ ਠੱਕਰਵਾਲ ਨੂੰ 1-0 ਨਾਲ ਹਰਾ ਕੇ ਜੇਤੂ ਟਰਾਫੀ 'ਤੇ ਨਕਦ ਇਨਾਮ 'ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਭਾਰ ਵਰਗ 'ਚ ਗੋਂਦਪੁਰ ਨੇ ਰਸੂਲਪੁਰ ਨੂੰ 1-0 ਨਾਲ ਹਰਾ ਕੇ ਜੇਤੂ ਟਰਾਫੀ ਅਤੇ ਨਕਦ ਇਨਾਮ ਪ੍ਰਾਪਤ ਕੀਤਾ। ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਲਵ ਕੁਮਾਰ ਗੋਲਡੀ ਵੱਲੋਂ ਕੀਤੀ ਗਈ। ਇਸ ਮੌਕੇ ਲਵ ਕੁਮਾਰ ਗੋਲਡੀ ਵੱਲੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ ਗਿਆ। ਟੂਰਨਾਮੈਂਟ ਉਪਰੰਤ ਪੰਜਾਬ ਦੀ ਪ੍ਰਸਿੱਧ ਦੁਗਾਣਾ ਜੋੜੀ ਬਲਕਾਰਨ ਖਿੱਲਾ ਅਤੇ ਮਨਜਿੰਦਰ ਗੁਲਸ਼ਨ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਲਵ ਕੁਮਾਰ ਗੋਲਡੀ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਰਣਜੀਤ ਸਿੰਘ ਬੋਵੀ, ਸੈਕਟਰੀ ਤ੍ਰਿਲੋਚਨ ਸਿੰਘ ਬੈਂਸ, ਨੰਬਰਦਾਰ ਬਾਰਾ ਸਿੰਘ ਬੈਂਸ, ਹਰਦੀਪ ਸਿੰਘ USA, ਸੁਰਿੰਦਰਜੀਤ ਸਿੰਘ, ਗੁਰਮੁਖ ਸਿੰਘ, ਜਸਵੀਰ ਸਿੰਘ ਬੈਂਸ, ਉੱਧਮ ਸਿੰਘ ਬੈਂਸ USA, ਗੁਰਦੇਵ ਸਿੰਘ ਕਨੇਡਾ, ਸੰਤੋਖ ਸਿੰਘ USA, ਸਰਪੰਚ ਜੋਗਿੰਦਰ ਸਿੰਘ ਪੰਚ, ਪਲਵਿੰਦਰ ਕੌਰ, ਇਕਬਾਲ ਸਿੰਘ ਇੰਸਪੈਕਟਰ, ਹਰਭਜਨ ਸਿੰਘ ਸਰਪੰਚ ਰਸੂਲਪੁਰ, ਦਵਿੰਦਰ ਸਿੰਘ ਹੈਪੀ, ਨਰਿੰਦਰ ਸਿੰਘ, ਅਜੀਤ ਸਿੰਘ, ਅਸ਼ੋਕ ਕੁਮਾਰ ਭੱਟੀ ਕੋਚ ਸਮੇਤ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਵੀਰੋ ਭਰਾਵੋ, ਗੱਲ ਇਹ ਹੈ ਕਿ ਤੁਸੀਂ ਬਹੁਤ ਇੱਕ ਵਧੀਆ ਉਦਮ ਪਿੰਡ ਗੋਂਦਪੁਰ ਵਾਲੇ ਹਰ ਸਾਲ ਜਿਹੜਾ ਟੂਰਨਾਮੈਂਟ ਦਾ ਆਯੋਜਨ ਕਰਕੇ ਇੱਕ ਵਧੀਆ ਸੁਨੇਹਾ ਜਿਹੜਾ ਇਸ ਇਲਾਕੇ ਤੁਸੀਂ ਦੇਣ ਦੀ ਕੋਸ਼ਿਸ਼ ਕਰਦੇ ਹੈ, ਕਿਉਂਕਿ ਹੌਲੀ ਹੌਲੀ ਕਰਕੇ ਖੇਡਾਂ ਜਿਹੜੀਆਂ ਸਾਡੇ ਇਸ ਇਲਾਕੇ 'ਚੋਂ ਰੁਖਸਤ ਹੁੰਦੀਆਂ ਜਾ ਰਹੀਆਂ, ਪਰ ਤੁਸੀਂ ਕੋਸ਼ਿਸ਼ ਕਰਕੇ ਇਹਨੂੰ ਜਿੰਦਾ ਰੱਖਣ ਦਾ ਜਿਹੜਾ ਕੋਸ਼ਿਸ਼ ਹੈ ਜਿਹੜੀ ਤੁਹਾਡੀ, ਇਹਦੇ ਲਈ ਅਸੀਂ ਤੁਹਾਡੇ ਸਾਰੇ ਸ਼ੁਕਰਗੁਜ਼ਾਰ ਹੈ ਕਿ ਇਸ ਇਲਾਕੇ ਦੇ ਵਿੱਚ ਤੁਸੀਂ ਸਾਰੇ ਇਕੱਠੇ ਹੋ ਕੇ ਵਧੀਆ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਤੁਸੀਂ ਹਰ ਸਾਲ ਇਹਦਾ ਆਯੋਜਨ ਕਰਦੇ ਹਾਂ। ਮੈਂ ਕਿਹਾ ਕਿੰਨੇ ਕੁ ਪੈਸੇ ਤੁਹਾਨੂੰ ਚਾਹੀਦੇ ਹੈ? ਇਹ ਕਹਿੰਦੇ ਕਿ ਸਾਨੂੰ 10 ਲੱਖ ਰੁਪਈਆ ਜੇ ਸਾਨੂੰ ਹੋਰ ਮਿਲ ਜਾਵੇ ਤਾਂ ਸਾਡੇ ਪਿੰਡ ਦੀ ਦਿੱਖ ਜਿਹੜੀ ਹੈ ਵਧੀਆ ਬਣ ਜਾਏਗੀ। ਮੈਂ ਇਹਨਾਂ ਨੂੰ ਕਹਿਤਾ ਕਿ ਕੱਲ੍ਹ ਨੂੰ ਜਾਂ ਪਰਸੋਂ ਨੂੰ ਮੇਰੇ ਕੋਲ ਗਲੀਆਂ ਦਾ ਨਾਂ ਅਤੇ ਵੇਰਵਾ ਲਿਖ ਕੇ ਮੇਰੇ ਕੋਲ ਲਿਆ ਦਿਓ, 10 ਲੱਖ ਰੁਪਈਆ ਤੁਹਾਨੂੰ ਹੋਰ ਗੋਂਦਪੁਰ ਵਾਸੀਆਂ ਨੂੰ ਜਿਹੜਾ ਉਹ ਗਲੀਆਂ ਨਾਲੀਆਂ ਵਾਸਤੇ ਜਾਂ ਜਿਸ ਕੰਮ ਵਾਸਤੇ ਤੁਹਾਡੀ ਪੰਚਾਇਤ ਕਹੇਗੀ, 10 ਲੱਖ ਰੁਪਈਆ ਤੁਹਾਨੂੰ ਹੋਰ ਜਿਹੜਾ ਹੈਗਾ ਉਹ ਅਸੀਂ ਤੁਹਾਨੂੰ ਅਪੜਦਾ ਕਰ ਦਿਆਂਗੇ। ਔਰ ਖਾਸ ਤੌਰ 'ਤੇ ਕਮੇਟੀ ਦਾ ਜਿਹਨੇ ਤੁਹਾਡੇ ਦਰਸ਼ਨ ਕਰਾਏ ਸਾਰਿਆਂ ਦੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡਾ 30ਵਾਂ ਟੂਰਨਾਮੈਂਟ ਸੀਗਾ ਜੀ, ਪਿਛਲੇ 30 ਸਾਲਾਂ ਤੋਂ ਇਹ ਲਗਾਤਾਰ ਚੱਲਦਾ ਆ ਰਿਹਾ ਟੂਰਨਾਮੈਂਟ। ਤਕਰੀਬਨ ਅਸੀਂ ਇਹ 1986 ਸ਼ੁਰੂ ਕੀਤਾ ਸੀਗਾ ਜੀ, ਇਹ 2-3 ਸਾਲ ਨਹੀਂ ਹੋਇਆ ਸੀ ਕਰਕੇ, ਇਸ ਕਰਕੇ ਜਦੋਂ ਅਸੀਂ 20 ਸਾਲ ਦੇ ਸੀਗੇ ਉਦੋਂ ਟੂਰਨਾਮੈਂਟ ਸ਼ੁਰੂ ਕਰਾਇਆ ਸੀ ਇਹ, ਉਦੋਂ ਤੋਂ ਲੈ ਕੇ ਲਗਾਤਾਰ ਚੱਲਦਾ ਆ ਰਿਹਾ ਇਹ 30ਵਾਂ ਪੇਂਡੂ ਖੇਡ ਮੇਲਾ ਸੀਗਾ। ਇਹਦੇ ਵਿੱਚ ਕਈ ਬੰਦੇ ਇੱਥੇ ਇਹਨਾਂ ਸਾਡੇ ਨੂੰ ਸੰਯੋਗ ਕਰਦੇ ਰਹੇ ਆ, ਬਹੁਤ ਟੀਮਾਂ ਨੇ ਭਾਗ ਲਿਆ ਇੱਥੇ,
NRI ਵੀਰ ਪਿੰਡ ਗੋਲਡਪੁਰ ਦੇ, ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ। ਪਿੰਡ ਗੋਲਡਪੁਰ ਦੇ ਸਾਰੇ ਸਮੂਹ ਨਗਰ ਦੇ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਇਲਾਕੇ ਦੇ ਜਿੰਨੇ ਵੀ ਦਰਸ਼ਕ ਆ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ, ਜਿਹੜੇ ਹਰੇਕ ਸਾਲ ਸਾਨੂੰ ਟੂਰਨਾਮੈਂਟ ਕਰਾਉਣ ਦੇ ਵਿੱਚ ਸਹਿਯੋਗ ਦਿੰਦੇ ਆ, ਅਤੇ ਧੰਨਵਾਦ ਸਾਰਿਆਂ ਦਾ।